स्वागत है किसान वीरो तुहाडा अपने यूट्यूब चैनल ढिल्लो डेयरी फार्म बरनाला दे विच। जिहड़े किसान वीर अपने इस चैनल ते पहली बार वीडियो देख रहे आ उन्हां नूं रिक्वेस्ट है कि अपने यूट्यूब चैनल जरूर सबसक्राइब कर लिओ ते नाल लग्या बैल आइकॉन का बटन जरूर प्रेस कर लिओ तां जो अपनी हर नवीं आउण वाली वीडियो का नोटिफिकेशन सब तो पहला तुहानूं मिल सके। सो किसी भी वीर ने इदां दी ऐड करवाउणी होवे तां तुसीं मेरे नाल कॉन्टैक्ट कर सकदे हो। मेरा मोबाइल नंबर है 84 270 19 817। सो वीरो अज की वीडियो आप डायरैक्ट डेयरी फार्म के कवर कर रहे हैं। आ तुसीं देख सकते हो इन नगां दे विचों एक बैड फॉर सेल आ, उहदे बारे आप इनफॉर्मेशन तुहाडे नाल साझी करांगे किहड़ा सूआ सूंदी है ते किन्ने दुध ते। आ तुसीं देख सकते हो वीर डेयरी फार्म का काम आ, गावां वगैरह फार्म ब्रीड भी घर तैयार करदे आ ते चंगीआं मिल्क रिकॉर्ड वालीआं बैड़ां हैगीआं। आ तुहानूं आपां डेमो तौर पर दो बैड़ां पहलां दिखा दिंदे आ ते उह अगे बैड़ आ जिहड़ी सेल आ आपां तुहानूं बाद च दिखाउंदे आ। तुसीं देख सकते हो किन्ने किन्ने दुते वीर दे बैड़ा गईया हुई है कि आप इनफॉर्मेशन तुहाडे नाल साझी करनी है। वीडियो अपनी थोड़ी लंबी होगी, एंड तक बने रहो। सो देख सकते हो पूरे बड़िया बड़िया बैड़ा है। हाँ जी, सत श्रीकाल भाई। हाँ जी भरे, नाम एड्रैस बोल दो जी अपना। सुखवंत सिंह जी मेरा नाम। पिंड कहड़ा है जी अपना? पिंड राड़ा जी, जिला मानसा। ते नाल पिंड कहड़े कहड़े रह गए थोड़े? नाल साडे भाई इधर चौर रह गया ਪਿੱਥੋ ਰਾਮਪਰਾ ਫੂਲ ਤੇ ਇਧਰ ਸਾਡੇ ਜੋਗਾ ਰੱਲਾ ਤੇ ਮਾਨਸਾ ਜ਼ਿਲ੍ਹਾ ਸਾਡਾ। ਠੀਕ ਹੈ, ਮੰਨ ਲਾ ਪਹਿਲਾ ਪਿੰਡ ਆ ਮਾਨਸਾ ਦਾ ਸਟਾਰਟਿੰਗ? ਨਹੀਂ, ਲਾਸਟ ਪਿੰਡ ਹੈ ਇਧਰੋਂ। ਇਧਰ ਸਾਡੇ ਬਠਿੰਡਾ ਬਾਰਡਰ ਹੈ, ਸ਼ੁਰੂ ਹੋ ਜਾਂਦਾ ਤੇ ਇਧਰ ਬਰਨਾਲਾ। ਠੀਕ ਹੈ, ਤੁਹਾਡਾ ਪਿੰਡ ਹੈਗਾ ਰੜ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ ਜੀ। ਮੋਬਾਈਲ ਨੰਬਰ ਮੇਰਾ ਹੈ 7888392। 7888 7888 3 8 3 9 2। 3 9 2 ਤੇ ਆਪਣਾ ਨਾਮ ਕੀ ਹੈ ਜੀ? ਮੇਰਾ ਨਾਮ ਸੁਖਵੰਤ ਸਿੰਘ ਹੈ ਜੀ। ਤੇ ਕੀ ਡੇਅਰੀ ਫਾਰਮ ਦਾ ਨਾਮ ਕੀ ਵਜਦਾ ਤੁਹਾਡੇ? ਮੇਰੇ ਨਾਮ ਤੇ ਸੁਖਵੰਤ ਸਿੰਘ, ਡੇਅਰੀ ਫਾਰਮ ਪਿੰਡ ਰੜ। ਸਸਾ ਤੁਹਾਡੇ ਇਕੱਲਿਆਂ ਦੇ ਪਿੰਡ ਦੇ ਵਿੱਚ ਡੇਅਰੀ ਫਾਰਮ ਜੀ? ਨਹੀਂ, ਸਾਡੇ ਡੇਅਰੀ ਫਾਰਮ ਇੱਕ ਹੁਣ ਖੁੱਲ੍ਹ ਗਿਆ ਜੀ ਐਤਕੀ ਤੇ ਇੱਕ ਡੇਅਰੀ ਫਾਰਮ ਚੱਲਦੇ ਨੂੰ 4-5 ਸਾਲ ਹੋ ਗਏ, ਇੱਕ ਹੋਰ ਡੇਅਰੀ ਫਾਰਮ। ਠੀਕ ਹੈ, ਦੋ ਡੇਅਰੀ ਫਾਰਮ ਸਾਡੇ ਪਿੰਡ ਹੋਰ ਹੋ ਗਏ, ਯਾਨੀ ਕਿ ਹੁਣ ਸਾਡਾ ਮਿਲਾ ਕੇ 3 ਡੇਅਰੀ ਫਾਰਮ ਸਾਡੇ ਪਿੰਡ 'ਚ ਹੋ ਗਏ। ਠੀਕ ਹੈ, ਸਭ ਤੋਂ ਪੁਰਾਣਾ ਕੰਮ ਤੁਹਾਡਾ ਹੈਗਾ? ਹਾਂ, ਸਭ ਤੋਂ ਪੁਰਾਣਾ ਸ਼ੁਰੂ 'ਚ ਅਸੀਂ ਕਰਿਆ ਜੀ। ਉਦੋਂ ਬਾਅਦ ਸਾਡੇ ਤੋਂ ਬਾਅਦ ਇੱਕ ਸਾਡੇ ਚਾਚਾ ਜੀ ਨੇ ਬੂਟਾ ਜੀ ਸਦਾ, ਮਤਲਬ ਪਿੰਡ ਦੇ ਵਿੱਚ ਰੁਝਾਨ ਪੈਦਾ ਹੋ ਗਿਆ ਤੁਹਾਡੇ ਕੰਮ ਦੇਖ ਕੇ। ਹਾਂ, ਦੋ ਡੇਅਰੀ ਫਾਰਮ ਹੋਰ। ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਜੀ? ਮੈਨੂੰ ਬਾਈ 7-8 ਸਾਲ ਹੋ ਗਏ ਜੀ। 2014 ਸ਼ੁਰੂ ਕਰਿਆ ਜੀ ਆਪਾਂ ਕੰਮ। 2014 ਦੇ ਵਿੱਚ ਫਾਰਮ ਤੁਸੀਂ ਸਟਾਰਟ ਕੀਤਾ ਸੀਗਾ? ਹਾਂਜੀ। ਤੇ ਜਦੋਂ ਫਾਰਮ ਸਟਾਰਟ ਕੀਤਾ ਸੀਗਾ ਆਪਦੇ ਘਰੇਲੂ ਤੌਰ ਤੇ ਕੀਤਾ ਸੀ ਜਾਂ ਸਰਕਾਰ ਦੀ ਸਹਾਇਤਾ ਨਾਲ ਕੀਤਾ ਸੀਗਾ ਜੀ? ਨਹੀਂ, ਸਹਾਇਤਾ ਸੀ ਕੋਈ ਨਹੀਂ, ਸਰਕਾਰ ਦੀ ਆਦਤ ਘਰੇਲੂ ਤੌਰ ਤੇ ਕਰਿਆ ਸੀ। ਅੱਛਾ, ਕੋਈ ਲੋਨ ਵਗੈਰਾ ਨਹੀਂ ਲੈਤਾ? ਨਹੀਂ, ਲੋਨ ਅਸੀਂ ਕੋਈ ਨਹੀਂ ਲਿਆ ਜੀ। ਮਤਲਬ ਆਪਣੇ ਲੈਵਲ ਤੇ ਆਪ ਵਿੱਢਿਆ ਸੀ ਕੰਮ? ਹਾਂਜੀ ਹਾਂਜੀ। ਤੇ 2014 ਤੋਂ ਲੈ ਕੇ ਕੰਮ ਆ ਤੇ ਹੁਣ ਤੱਕ ਤੁਸੀਂ ਕਿੰਨੇ ਕੁ ਨਗ ਤਿਆਰ ਕਰ ਲਏ ਘਰ ਦੇ ਵਿੱਚ ਜੀ? ਹੁਣ ਸਾਡੇ ਕੋਲੇ ਟੋਟਲ 60 ਕੁ ਪਸ਼ੂ ਨੇ ਜੀ, ਟੋਟਲ ਛੋਟੇ ਵੱਡੇ। ਠੀਕ ਹੈ ਜੀ। ਤੇ 8-10 ਕੁ ਪਸ਼ੂ ਅਸੀਂ ਸੇਲ ਕਰ ਦਿੰਦੇ ਹਾਂ, 2-3 ਸਾਲਾਂ 'ਚ ਸੇਲ ਕਰਨ ਲੱਗ ਗਏ ਜੀ। ਪਹਿਲਾਂ ਤਾਂ ਅਸੀਂ ਆਪਦੀ ਤਿਆਰ, ਪਹਿਲਾਂ ਤਾਂ ਆਪਦੀ ਪੂਰੇ ਹੁੰਦੇ ਸੀ। ਠੀਕ ਹੈ, ਹੁਣ ਅਸੀਂ 10 ਕੁ ਪਸ਼ੂ ਆਏ ਸਾਲ ਸੇਲ ਕਰ ਦਿੰਦੇ ਹਾਂ। ਮਤਲਬ ਜਿਵੇਂ ਬੱਚੀਆਂ ਤਿਆਰ ਹੋ ਜਾਂਦੀਆਂ ਅੱਗੇ ਅੱਗੇ ਚੰਗੀਆਂ ਫਿਰ ਸੇਲ ਕਰੀ ਜਾਂਦੇ ਰਹਿੰਦੇ ਹੈਗੇ। 3-4 ਸਾਲ ਦਾ ਹੀ ਲਈ ਗਈ ਜੀ, ਪਸ਼ੂ ਲੈਣੇ ਹੀ ਪੈਂਦੇ ਨੇ ਪਹਿਲਾਂ। ਠੀਕ ਹੈ ਜੀ। ਤੇ ਸੀਮਨ ਵਗੈਰਾ ਕਿਹੜਾ ਵਰਤਦੇ ਜੀ ਫਿਰ ਤੁਸੀਂ? ਸੀਮਨ ਅਸੀਂ ਬਾਈ ਜੀ ਪਹਿਲਾਂ 5-6 ਸਾਲ ਦਾ ਹੀ ਲਗਾਤਾਰ PDFA ਦਾ ਵਰਤਿਆ। ਠੀਕ ਹੈ। ਹੁਣ ਅਸੀਂ 2 ਸਾਲਾਂ ਤੋਂ ABS ਦਾ ਵਰਤ ਰਹੇ ਹਾਂ। ABS ਦਾ? ਹਾਂਜੀ ਹਾਂਜੀ। ਠੀਕ ਹੈ ਜੀ। ਪਹਿਲਾਂ ABS ਦਾ ਹੀ ਹੁੰਦਾ ਸੀ, PDFA ਕੋਲੇ ਵੀ। ਠੀਕ ਹੈ ਜੀ। ABS ਦਾ ਸੀਮਨ PDFA ਕੋਲੇ ਆਉਂਦਾ ਹੁੰਦਾ ਸੀ, ਉਦੋਂ ਬਾਅਦ CRI ਦਾ ਵੀ ਆਉਣ ਲੱਗ ਗਿਆ PDFA ਕੋਲੇ। ਠੀਕ ਹੈ। CRI ਦਾ ਵੀ ਅਸੀਂ ਵਰਤਿਆ 2-3 ਸਾਲ। ਤੇ ਕਿੰਨੇ ਕੁ ਦੁੱਧ ਤੱਕ ਵੈੜ ਜਾ ਚੁੱਕੀ ਤੁਹਾਡੇ ਕੋਲ ਜੀ? ਵੈੜ ਬਾਈ 50 ਲੀਟਰ ਦੇ ਉੱਤੇ ਵਗ ਜਾਂਦੀਆਂ, ਕਾਫੀ ਵੈੜ। ਠੀਕ ਹੈ ਜੀ। 8-10 ਵੈੜਾਂ ਇਸ ਸਾਲ ਵਗ ਜਾਂਦੀਆਂ, ਮਤਲਬ 45-50 ਕਿਲੋ ਤੱਕ ਦੀ ਬੈੜ ਤੁਹਾਡੇ ਫਾਰਮ ਤੇ ਆਪ ਖੁਦ ਤਿਆਰ ਕਰ ਲਈ? 60 ਕਿਲੋ ਵਾਲੀ ਵੀ ਗਾਂ ਹੈਗੀ ਆ। 60 ਕਿਲੋ ਵਾਲੀ ਫਾਰਮ ਦੀ ਹੈਗੀ ਆ? ਹਾਂਜੀ ਬਾਈ, ਉਹ ਗਾਂ ਖੜੀ ਹੈ ਜਿਵੇਂ ਜਿਹਦੀ ਮੂਰੇ ਖੜੀ ਹੈ ਗਾਂ। ਠੀਕ ਹੈ ਜੀ। ਉਹ 60 ਕਿਲੋ ਦੁੱਧ ਦਿੰਦੀ ਰਹੀ ਹੈ ਐਤਕੀ ਵਾਲੇ ਸੂਈ, ਦੂਜੇ ਸੂਏ ਸੂਈ ਸੀ ਉਹ ਐਤਕੀ। ਤੇ ਕਿਹੜੇ ਅਗਲੀ ਬਾਈ ਉਹ ਗਾਂ ਖੜੀ ਹੈ? ਅੱਛਾ, ਅੱਗੇ ਖੜੀ ਹੈ ਜਿਹੜੀ। ਤੇ ਉਹ ਕਿਹੜੇ ਸੀਮਨ ਦੇ ਵੀਰੇ ਉਹ? ਉਹ ਬਾਈ ਮੈਸੀ ਸੀਮਨ ਦੀ ਆ, PDFA ਦੇ ਮੈਸੀ। ਸੋਰੋ PDFA ਦੇ ਮੈਸੀ ਸੀਮਨ ਦੀ 60 ਲੀਟਰ ਤੱਕ ਦੀ ਪਿੰਡ ਰੜ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਰੁਝਾਨ ਗਾਵਾਂ ਦਾ। ਆਹ 60 ਲੀਟਰ ਵਾਲੀ ਪਿੰਡ ਰੜ ਦੇ ਨੌਜਵਾਨ ਨੇ ਵੈੜ ਤਿਆਰ ਕਰ ਲਿਆ ਗੀ। ਅਤੇ ਵੀਰੇ ਅੱਗੇ ਜਿਵੇਂ ਇੰਨੀਆਂ ਚੰਗੀਆਂ ਵੈੜਾਂ ਤੁਸੀਂ ਤਿਆਰ ਕੀਤੀਆਂ ਅਤੇ ਅੱਗੇ ਮੇਲੇ ਵਗੈਰਾ 'ਤੇ ਕਿਤੇ ਗਏ ਆ ਤੁਸੀਂ? ਹਾਂ ਬਾਈ, ਮੇਲੇ 'ਤੇ ਅਸੀਂ ਪਹਿਲਾਂ 2017 ਤੋਂ ਪਹਿਲਾਂ ਅਸੀਂ 2-3 ਵਾਰੀ ਗਏ ਹਾਂ, ਅਤੇ 2017 ਤੋਂ ਬਾਅਦ ਨਹੀਂ ਸੀਗੇ। 2017 'ਚ ਅਸੀਂ ਪਟਿਆਲੇ ਵੀ ਗਏ ਹਾਂ, ਅਤੇ ਉਦੋਂ ਪਹਿਲਾਂ ਮੁਕਤਸਰ ਵੀ ਸਾਡੀਆਂ ਗਾਵਾਂ ਜਿੱਤੀਆਂ ਨੇ। ਠੀਕ ਹੈ। ਅਤੇ ਜ਼ਿਲ੍ਹੇ ਦਾ ਹੁੰਦਾ ਸੀ 16-15 'ਚ ਉਹ ਜ਼ਿਲ੍ਹੇ ਦੇ ਵੀ ਅਸੀਂ ਕੰਪੀਟੀਸ਼ਨ ਲੜਿਆ, ਉਹ 'ਚ ਵੀ ਸਾਡੇ ਪ੍ਰਾਈਜ਼ ਆਏ ਨੇ। ਅਤੇ ਮਤਲਬ ਨਾਮ ਵਗੈਰਾ ਤੁਸੀਂ ਜਿੱਤਿਆ? ਹਾਂਜੀ ਹਾਂਜੀ ਹਾਂਜੀ, ਸਾਡੇ ਕੋਲ ਬਕਾਇਦਾ ਸਰਟੀਫਿਕੇਟ ਹੈਗੇ ਨੇ, ਮੁਕਤਸਰ ਦਾ ਵੀ ਹੈਗਾ ਅਤੇ ਆਪਣਾ ਜ਼ਿਲ੍ਹੇ ਦਾ ਵੀ ਹੈਗਾ। ਠੀਕ ਹੈ ਜੀ। ਅਤੇ ਅਸੀਂ PDFA ਦੇ ਵੀ ਹੈਗਾ ਬਾਈ ਸਰਟੀਫਿਕੇਟ, ਸਾਡੇ ਕੋਲ PDFA ਵੀ ਅਸੀਂ ਮਤਲਬ ਸਾਡੀ ਦੂਜੇ-ਤੀਜੇ ਨੰਬਰ 'ਤੇ ਗਾਵਾਂ ਆਈਆਂ ਨੇ 2-3 ਵਾਰ। ਠੀਕ ਹੈ। ਸੋ ਵੀਰੋ ਅੱਗੇ ਆਪਾਂ ਜਿਹੜੀ ਵੀਰ ਦੀ ਬੈਡ ਸੇਲ ਆ ਉਹ ਆਪਾਂ ਤੁਹਾਨੂੰ ਦਿਖਾਉਂਦੇ, ਥੋੜ੍ਹੀ ਬਾਹਰ ਵਧੀ ਹੋਈ ਹੈ ਸਾਈਡ 'ਤੇ ਕੱਢ ਲਈ ਆਪਾਂ। ਸੋ ਵੀਰੋ ਆਹ ਬੈਡ ਵੀਰ ਦੀ ਫੋਰ ਸੇਲ ਆ ਗਈ, ਇਹਦੇ ਬਾਰੇ ਆਪਾਂ ਇਨਫੋਰਮੇਸ਼ਨ ਸਾਂਝੀ ਕਰਦੇ ਹਾਂ। ਖੋਲ੍ਹ ਕੇ ਦਿਖਾ ਦਿਓ ਪਹਿਲਾਂ ਆਪਾਂ ਇਹਨਾਂ ਨੂੰ, ਖੋਲ੍ਹ ਲਓ ਮਾੜੀ।
ਸੁਰੂ ਹੋਏ ਬੈਡ ਆ ਗਈ ਅੱਗੇ ਆਪਾਂ ਚਲਾ ਵਗੈਰਾ ਕਰਕੇ ਦਿਖਾਉਂਦੇ ਹੈਗੇ ਆ ਦੇਖ ਸਕਦੇ ਮੂੰਹ ਮੱਥਾ ਬਹੁਤ ਹੀ ਸੋਹਣੀ ਅਤੇ ਉੱਚੇ ਲੰਬੇ ਕੱਦ ਕਾਠ ਵਾਲੀ ਘਰ ਦੀ ਬੈਡ ਆ ਗਈ ਹੈ ਸੂਣ ਦੇ ਵਿੱਚ ਕੁਝ ਕੁ ਦਿਨ ਬਾਕੀ ਹੈ ਧਲਾ ਦਿਉ ਪਹਿਲਾਂ ਜੀ ਸੁਰੂ ਦੀ ਥਾਣ ਹਵਾਨਾ ਦੇਖ ਸਕਦੇ ਹੋ ਥੋੜ੍ਹੀ ਫਾਰਮ ਦੇ ਵਿੱਚ ਖੁੱਲ੍ਹੀ ਵਗੈਰਾ ਫਿਰਦੀ ਕਰਕੇ ਥੋੜ੍ਹੀ ਭੱਜ ਦੌੜ ਜੀ ਤਾਂ ਕਰਦੀ ਆ ਮੋਹਰੀ ਵਗੈਰਾ ਇਹਨਾਂ ਨੇ ਵੀਰਾਂ ਨੇ ਹੁਣੀ ਪਾਈ ਆ ਦੋ ਕੁ ਦਿਨ ਹੋ ਗਏ ਆਹ ਤੁਸੀਂ ਥਣ ਹਵਾਨੇ ਦਾ ਦੇਖ ਸਕਦੇ ਹੋ ਸੋਹਣਾ ਥਣ ਹਵਾਨਾ ਹੈਗਾ ਅਤੇ ਮਿਲਕਮੈਨ ਵੀ ਬਹੁਤ ਚੰਗੀ ਜਾਂਦੀ ਪਈ ਹੈਗੀ ਥੋੜ੍ਹੀਆਂ ਭਲਾ ਜ਼ਰੂਰ ਆ ਕਿਉਂਕਿ ਸੂਣ ਦੇ ਪਸ਼ੂ ਨਜ਼ਦੀਕ ਹੋਵੇ ਤਾਂ ਭਲਾ ਥੋੜ੍ਹੀਆਂ ਹੋ ਜਾਂਦੀਆਂ ਹੁੰਦੀਆਂ ਸੁਭਰ ਥਣ ਦਾ ਸਾਈਜ਼ ਅਤੇ ਡਿਸਟੈਂਸ ਬਹੁਤ ਚੰਗਾ ਹੈਗਾ ਅਤੇ ਕੱਦ ਕਾਠ ਵੱਲੋਂ ਬਹੁਤ ਓਕੇ ਆ ਵੱਡੀ ਵਿਹੜ ਆ ਪੂਰੀ ਕਿਆ ਪਤਾ ਅਸੀਂ ਥਣ ਦੇਖ ਸਕਦੇ ਹੋ ਥਣ ਚਾਰ ਸੋਹਣੇ ਪੀੜ੍ਹੀ ਦੇ ਪਾਪ ਦੇ ਟਾਈਪ ਲੱਗੇ ਚਲਾ ਦਿਉ ਮਾੜੀ ਹੋਰ ਚਲਾ ਦਿਓ ਜੀ ਸੁਭਰਾ ਦੇਖ ਸਕਦੇ ਥਾਣ ਹਵਾਨਾ ਸੋਹਣਾ ਥਾਣ ਹਵਾਨਾ ਬਾ ਬੰਨ ਲਓ ਹਾਂਜੀ ਵੀਰੇ ਕਿਹੜਾ ਸੂਆ ਸੁਣੀਆ ਬੈਠ ਜੀ ਇਹ ਦੂਜਾ ਸੂਆ ਸੁਣੀਆ ਬਾਈ ਜੀ ਉਮਰੇ ਦੀ ਮਤਲਬ ਦੰਦ ਭਰ ਗਈ ਠੀਕ ਹੈ ਜੀ ਤੇ ਪਹਿਲੇ ਸੂਆ ਥੋੜੀ ਵੱਡੀ ਹੋ ਕੇ ਸੂ ਸੀ ਤੇ ਪਹਿਲੇ ਸੂਆ ਰਿਕਾਰਡ ਕੀ ਰਿਹਾ ਮਿਲਕ ਰਿਕਾਰਡ ਇਹਦਾ ਪਹਿਲੇ ਸੂਆ ਬਾਈ 45 ਕਿਲੋ ਦਿੱਤਾ ਨੇ 45 ਕਿਲੋ ਜਮਾ ਘਰ ਚੋਇਆ ਜਮਾ ਜੀ ਹਾਂਜੀ ਹਾਂਜੀ 30 ਕਿਲੋ ਤੇ ਡਰਾਈ ਕਰੀ ਸੀ ਠੀਕ ਹੈ ਜੀ ਤੇ ਡਰਾਈ ਹੋਈ ਨੂੰ ਟਾਈਮ ਕਿੰਨਾ ਕੁ ਹੋ ਗਿਆ ਡਰਾਈ ਹੋਈ ਨੂੰ ਬਾਈ ਜੀ ਇਹ 2.5 ਮਹੀਨੇ ਪਹਿਲਾਂ ਡਰਾਈ ਕਰਤੀ ਸੀ 2.5 ਮਹੀਨੇ ਪਹਿਲਾਂ ਡਰਾਈ ਕੀਤੀ ਹੈ ਤੇ ਆਪਣਾ ਸੀਮਨ ਪਤਾ ਹੋਣੇ ਦੇ ਕਿਹੜਾ ਲਾਇਆ ਸੀਮਨ ਬਾਈ ਜੀ ਇਹਦੇ ਆਪਣਾ ਸਪਾਈਕ ਦਾ ਲਾਇਆ ਹੋਈ ABS ਦਾ ਸੁਬਰ ABS ਦੇ ਸਪਾਈਕ ਦਾ ਇਹਦੇ ਸਪਾਈਕ ਦਾ ਲਾਇਆ ਆਪਣੇ ਸਾਰੇ ਫਾਰਮ ਦੀ ਸਪਾਈਕ ਤੇ ਹੈਮਰ ਲਾਇਆ ਹੋਇਆ ਪਿਛਲੀ ਵਾਰੀ ਦੋ ਹੀ ਬੁੱਲ ਆਪ ਵਰਤਦੇ ਹੁੰਨੇ ਆਏ ਸਾਲ ਠੀਕ ਹੈ ਜਿਹੜਾ ਆਪਾਂ ਦੋ ਚੰਗੇ ਲੱਗਦੇ ਉਹ ਸੀਮਨ ਲੈ ਲੈਨੇ ਤੇ ਸਾਰੀਆਂ ਗਾਈਆਂ ਦੇ ਉਹੀ ਦੋ ਹੀ ਬੁੱਲ ਲਾਉਣੇ ਨੇ ਤੁਹਾਡੇ ਕੋਲ ਫਿਰ ਕੰਟੇਨਰ ਵਗੈਰਾ ਆਪਦਾ ਹੋਊਗਾ ਰੱਖਿਆ ਕੰਟੇਨਰ ਆਪਦਾ ਬਈ ਜੀ 35 ਕਿਲੋ ਗੈਸ ਵਾਲਾ ਵੇਰਕਾ ਵੱਲੋਂ ਦਿੱਤਾ ਹੋਇਆ ਗੈਸ ਸਾਨੂੰ ਫ੍ਰੀ ਮਿਲਦੀ ਹੈ ਸੁਬਰ ਵੀਰੇ ਕੋਲ ਕੰਟੇਨਰ ਵਗੈਰਾ ਆਪ ਭਰਿਆ ਹੋਇਆ ਤੇ ਅੱਗੇ ਬੱਚੀ ਦਿੰਦੀ ਤਾਂ ਚੰਗੀ ਬੱਚੀ ਦੋ ਤੇ ਇਸ ਵਾਰ ਫਿਰ ਇਸ ਤੋਂ ਕੀ ਉਮੀਦ ਹੈ ਕਿ ਨਾ ਦੁੱਧ ਪਾ ਦੂ ਤੁਹਾਡੇ ਹਿਸਾਬ ਨਾਲ ਬਈ ਦੇਖੋ ਵਧੀਆ ਚਾਰ ਚੂਲ ਤਾਂ ਹੋਣਾ ਚਾਹੀਦਾ ਪਾਉਣ ਨੂੰ ਗਾਵਾਂ ਨੂੰ ਫੇਰੀ ਦੁੱਧ ਦਿੰਦੀਆਂ ਨੇ ਠੀਕ ਹੈ ਜੀ ਤੇ ਵਧੀਆ ਸੰਭਾਈ ਵਾਲੇ ਬੰਦੇ ਕੋਲ 50 ਕਿਲੋ ਦੁੱਧ ਵੀ ਦੇ ਸਕਦੀ ਹੈਗਾ 50 ਕਿਲੋ ਦੁੱਧ ਦੇ ਦੋਗੀ 45 ਕਿਲੋ ਤੇ ਜਮਾ ਸਾਡੀ ਗਾਰੰਟੀ ਹੈ ਬਈ ਇਹ ਆਦੇ ਹੱਥੀ ਚੋਇਆ ਹੈਗਾ ਸੁਭਰ 45 ਕਿਲੋ ਬਾਈਆਂ ਨੇ ਪਹਿਲੇ ਸੂਏ ਦਾ ਘਰ ਦੁੱਧ ਚੋਇਆ ਹੋਇਆ ਹੈਗਾ ਆਹ ਤੁਸੀਂ ਦੇਖ ਸਕਦੇ ਹੋ ਚੰਗੇ ਸੀਮਨ ਵਾਲੀ ਦੂਜਾ ਸੂਆ ਵੈੜ ਸੁੰਦੀ ਪਈ ਆ 50 ਕਿਲੋ ਦੁੱਧ ਆਰਾਮ ਨਾਲ ਪਾ ਦੋਗੀ ਤੁਸੀਂ ਪਿੱਛੇ ਵੀਡੀਓ ਵਿੱਚ ਸਟਾਰਟਿੰਗ ਵਿੱਚ ਦੇਖੇ ਹੋਣੇ ਆ ਵੀਰ ਨੇ 60 ਲੀਟਰ ਵਾਲੇ ਦੁੱਧ ਘਰ ਵੈੜ ਤਿਆਰ ਕਰ ਲਈ ਤੇ ਫਿਰ ਮੁੱਲੇ ਦਾ ਕਰਨਾ ਜਾਂ ਫੋਨ ਤੇ ਕਰਨਾ ਜੀ ਨਹੀਂ ਮੁੱਲ ਬਾਈ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗੇ ਜੋ ਕਿਸੇ ਵੀਰ ਦੇ ਪਸੰਦ ਹੋਵੇ ਤੁਹਾਡੇ ਨਾਲ ਕਾਲ ਕਰਕੇ ਕਨੈਕਟ ਕਰ ਸਕਦੇ ਹੋ ਆਪਣਾ ਐਡਰੈਸ ਇੱਕ ਵਾਰ ਫਿਰ ਬੋਲ ਦਿਓ ਜੀ ਐਡਰੈਸ ਬਾਈ ਪਿੰਡ ਰਾੜਾ ਆਪਣਾ ਜ਼ਿਲ੍ਹਾ ਮਾਨਸਾ ਤਹਿਸੀਲ ਸਾਡੀ ਸਭ ਤਹਿਸੀਲ ਸਾਡੀ ਜੋਗਾ ਜੋਗਾ ਰੱਲਾ ਸਾਡੇ ਪਿੰਡਾਂ ਦੇ ਕੋਲੇ ਰਹਿ ਜਾਂਦਾ ਤੇ ਮੋਬਾਈਲ ਨੰਬਰ ਇੱਕ ਵਾਰ ਫਿਰ ਬੋਲ ਦਿਓ ਜੀ ਮੋਬਾਈਲ ਨੰਬਰ ਬਾਈ 7888-3899-2 7888-3899-2 ਸੋ ਵੀਰੋ ਇਹ ਬੈਡ ਅੱਜ ਆਪਾਂ ਰਾੜ ਤੋਂ ਕਵਰ ਕਰ ਚੁੱਕੇ ਹਾਂ ਵੀਰ ਦੀ ਫੋਰ ਸੇਲ ਆ ਜੇਕਰ ਕਿਸੇ ਵੀਰ ਦੇ ਬੈਡ ਪਸੰਦ ਹੋਵੇ ਤਾਂ ਕੰਟੈਕਟ ਕਰਕੇ ਅੱਗੇ ਖਰੀਦ ਸਕਦੇ ਹੋ ਵੀਰ ਨਾਲ ਬਾਈ ਬੇਨਤੀ ਹੈ ਫੋਨ ਉਹੀ ਕਰਨ ਜਿਹੜੇ ਸੀਰੀਅਸ ਵਾਇਰ ਨੇ ਠੀਕ ਹੈ ਐਵੇਂ ਸਵਾਦਲੇ ਨਾਲ ਵਾਲੇ ਫੋਨ ਨਾ ਕਰਨਾ ਕੋਈ ਫਾਇਦਾ ਨਹੀਂ ਜਿਹਨੇ ਲੈਣੀ ਹੈ ਉਹੀ ਫੋਨ ਕਰਨਾ ਸਰ ਵੀਰ ਨੇ ਇਹ ਗੱਲ ਕੀ ਹੈ ਜੇਕਰ ਕਿਸੇ ਵੀਰ ਦੇ ਪਸੰਦ ਆ ਤਾਂ ਖਰੀਦਣੀ ਚਾਹੁੰਦਾ ਹੋਵੇ ਤਾਂ ਉਹ ਕੰਟੈਕਟ ਕਰ ਲਏ ਕਿਉਂਕਿ ਚੰਗੇ ਵੀਰ ਦੇ ਬੈੜਾ ਤਿਆਰ ਕੀਤਾ ਮਿਹਨਤ ਵਗੈਰਾ ਚੰਗੀ ਕੀਤੀ ਹੋਈ ਹੈਗੀ ਅਤੇ ਰੇਟ ਵੀ ਮਤਲਬ ਵਧੀਆ ਠੀਕ ਹੋਊਗਾ ਐਵੇਂ ਘੱਟ ਰੇਟ ਵਾਲੇ ਵੀਰ ਕਹਿੰਦਾ ਕੋਈ ਕਾਲ ਨਾ ਕਰੇ ਡਾਇਰੈਕਟ ਫਾਰਮ ਦੇ ਵਿੱਚ ਆਪਾਂ ਬੈੜ ਤਿਆਰ ਕਰ ਚੁੱਕੇ ਹਾਂ ਅਤੇ ਵੀਰੇ ਡਾਇਟ ਵਗੈਰਾ ਫਿਰ ਕੀ ਦਿਨਾਂ ਤੁਸੀਂ ਸੈਲੇ ਜੀ ਵਰਤਦੇ ਹਾਂ ਹਾਂ ਬਾਈ ਸੈਲੇ ਤਾਂ ਗਾਈਆਂ ਨੂੰ ਬਾਈ ਜ਼ਰੂਰੀ ਆ ਉਹ ਤਾਂ ਦੇਖੋ ਜਿਵੇਂ ਆਪਾਂ ਨੂੰ ਬੰਦਿਆਂ ਨੂੰ ਰੋਟੀ ਜ਼ਰੂਰੀ ਨਾ ਸੈਲੇ ਦਾ ਜ਼ਰੂਰੀ ਆ ਠੀਕ ਹੈ ਅਤੇ ਬਾਕੀ ਚੰਗੀ ਦੇਖੋ ਫੀਡ ਵੀ ਪਾਉਣੀ ਪੈਂਦੀ ਹੈ ਬਾਈ ਸਾਰੀ ਫੀਡ ਆਪਦੀ ਘਰ ਦੀ ਤਿਆਰ ਕਰਦੇ ਹਾਂ ਮੁੱਲ ਦੀ ਵਰਤਦੇ ਫੀਡ ਬਾਈ ਅਸੀਂ ਘਰ ਦੀ ਵੀ ਤਿਆਰ ਕਰਦੇ ਹਾਂ ਬਾਕੀ ਮੁੱਲ ਦੀ ਵੀ ਲੈ ਲੈਂਦੇ ਅਸੀਂ ਠੀਕ ਹੈ ਸਾਰੇ ਕੰਪਨੀਆਂ ਵਰਤ ਵਰਤਦੇ ਹਾਂ ਜਿਹੜੀ ਚੰਗੀ ਕੰਪਨੀ ਬਾਈ ਚੰਗੀਆਂ ਕੰਪਨੀਆਂ 3-4 ਹੈਗੀਆਂ ਨੇ ਪੰਜਾਬ 'ਚ ਠੀਕ ਹੈ ਦੇ ਰਹੀਆਂ ਨੇ ਫੀਡ ਠੀਕ ਹੈ ਅਤੇ ਅਸੀਂ ਚੰਗੀ ਕੰਪਨੀ ਦੀ ਫੀਡ ਜਦੋਂ ਕਿਸੇ ਦੀ ਸਾਨੂੰ ਰੇਟ ਰੂਟ ਘੱਟ ਦੇ ਮਿਲੇ ਅਸੀਂ ਲੈ ਲੈਂਦੇ ਠੀਕ ਹੈ ਜੀ ਬਸ ਜ਼ਰੂਰੀ ਨਹੀਂ ਹੈਗਾ ਅਸੀਂ ਆਪਦੀ ਫੀਡ ਹੀ ਬਣਾ ਕੇ ਪਾਉਣੇ ਸਾਰੀ ਅੱਧੀ ਆਪਦੀ ਬਣਾ ਕੇ ਪਾਉਣੇ ਆ ਠੀਕ ਹੈ ਮਤਲਬ ਸਾਰਾ ਰਲਦਾ ਮਿਲਦਾ ਕੰਮੀਆਂ ਕਰਦੇ ਰਹੇ ਨੇ ਹਾਂਜੀ 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 ਬਾਕੀ ਵਾਰ ਟੋਟਲ TMR ਦੀ ਕੰਮ ਕਰਨਾ ਬਾਈ ਦੇਖੋ ਟੋਟਲ ਰਾਸ਼ਨ ਬੈਲੈਂਸ ਹੋਣਾ ਚਾਹੀਦਾ ਠੀਕ ਹੈ ਜੀ ਤੇ ਮਤਲਬ ਕੰਪਨੀਆਂ ਵਾਲੇ ਜਿੱਤੋਂ ਫੀਡ ਲੈਣੇ ਉਹਨਾਂ ਤੋਂ ਵੀ ਬੈਲੈਂਸ ਕਰਾਉਣੇ ਰਾਸ਼ਨ ਠੀਕ ਤੇ ਫਿਰ ਆਪਦਾ ਵੀ ਹੈਗੀ ਆ ਦੇਖੋ 7-8 ਸਾਲ ਦਾ ਤਜਰਬਾ ਹੋ ਗਿਆ ਉਹਦੇ ਹਿਸਾਬ ਨਾਲ ਮਤਲਬ ਆਪ ਵੀ ਪਤਾ ਹੀ ਸਾਨੂੰ ਕੰਪਨੀਆਂ ਦੇ ਵੀ ਕਿੰਨੇ ਪ੍ਰੋਟੀਨ ਫੀਡ 'ਚ ਕੰਪਨੀਆਂ ਪਾਉਂਦੀਆਂ ਨੇ ਕਿੰਨੀ ਫੈਟ ਪਾਉਂਦੀਆਂ ਤੇ ਜਿਹੜੀਆਂ ਕੰਪਨੀਆਂ ਅਸੀਂ 3-4 ਕੰਪਨੀਆਂ ਲੈਂਦੇ ਰਹਿੰਦੇ ਬਦਲ ਬਦਲ ਕੇ ਠੀਕ ਹੈ ਬਾਕੀ ਅਸੀਂ ਆਪਦੀ ਫੀਡ ਨਾਲ ਪਾ ਕੇ ਉਹਨੂੰ ਜੇ ਕੋਈ ਘਾਟ ਵੱਧ ਹੁੰਦੀ ਹੈ ਕੰਪਨੀ ਕੰਨੀ ਉਹ ਅਸੀਂ ਆਪਦੇ ਆ ਟੌਪ ਡਰੈਸ ਉੱਤੇ ਕਰਕੇ ਸਮਾਨ ਪਾ ਕੇ ਉਹਦੇ ਨਾਲ ਬੈਲੈਂਸ ਕਰ ਲਈਏ ਜਿਵੇਂ ਵੀਰੇ ਤੈਨੂੰ 7-8 ਸਾਲ ਹੋ ਗਏ ਕੰਮ ਕਰਦੇ ਨੂੰ ਤੇ ਕਿਵੇਂ ਤੈਨੂੰ ਇਹ ਧੰਦਾ ਲਾਹੇਵੰਦ ਆ ਜਾਂ ਨਹੀਂ ਹੈ ਦੋ ਪੈਸੇ ਛੱਡਦਾ ਹੈ ਦੇਖੋ ਮੇਨ ਤਾਂ ਬਰੀਡ ਤੇ ਮੈਨੇਜਮੈਂਟ ਠੀਕ ਹੈ ਦੋ ਚੀਜ਼ਾਂ ਵਧੀਆ ਹੋਣੀ ਚਾਹੀਦੀਆਂ ਬਰੀਡ ਵਧੀਆ ਹੋਣੀ ਚਾਹੀਦੀ ਹੈ ਬੰਦੇ ਕੋਲੇ ਤੇ ਮੈਨੇਜਮੈਂਟ ਬੰਦੇ ਵਧੀਆ ਹੋਣੀ ਚਾਹੀਦੀ ਹੈ ਤਾਂ ਇਹ ਬਿਲਕੁਲ ਲਾਹੇਵੰਦ ਆ ਧੰਦਾ ਜੇ ਬੰਦੇ ਕੋਲੇ ਬਰੀਡ ਨਹੀਂ ਵਧੀਆ ਹੈਗੀ ਤੇ ਬੰਦੇ ਦੀ ਮੈਨੇਜਮੈਂਟ ਨਹੀਂ ਵਧੀਆ ਫੇਰ ਬਾਈ ਇਹ ਚ ਕੱਢਣ ਪਾਉਣ ਨੂੰ ਕੁਛ ਨਹੀਂ ਹੈਗਾ ਤੇ ਨਵੇਂ ਬੰਦੇ ਕੁਛ ਆ ਰਹੇ ਨੇ ਹੁਣ ਇਸ ਸਾਲ ਵੀ ਬਥੇਰੇ ਨਵੇਂ ਫਾਰਮਰ ਮਿਲ ਕੇ ਗਏ ਨੇ ਸਾਨੂੰ ਜਿਹੜੇ
ਕਿਉਂਕਿ ਇਹ ਚ ਬਾਈ ਜੀ ਬਾਅਦ ਚ ਪਤਾ ਲੱਗਦਾ ਇਹ ਨੁਕਸਾਨ ਹੋਣ ਲੱਗ ਜਾਂਦੇ ਆ। ਮਤਲਬ ਜਦੋਂ ਸਟਾਰਟਿੰਗ ਕੀਤੀ ਕਿੰਨੇ ਪਸ਼ੂ ਰੱਖੇ ਸੀ ਪਹਿਲਾਂ ਸਟਾਰਟਿੰਗ ਦੇ ਵਿੱਚ? ਅਸੀਂ ਬਾਈ ਸ਼ੁਰੂ ਚ ਤਾਂ ਮਤਲਬ 2 4 5 ਗਾਈਆਂ ਲਿਆਂਦੀਆਂ ਸੀਗੀਆਂ, ਫਿਰ ਹੌਲੀ ਹੌਲੀ ਉਦੋਂ ਬਾਅਦ ਅਗਲੇ ਸਾਲ 2 4 5 ਗਾਈਆਂ ਹੋਰ ਲੈ ਲਈਆਂ, ਫਿਰ 2 4 ਹੋਰ ਲੈ ਲਈਆਂ, ਮਤਲਬ 3 4 ਸਾਲ ਤਾਂ ਅਸੀਂ ਪਰਚੇਜ ਕਰੀ ਗਏ ਆ ਪਸ਼ੂ। ਠੀਕ ਹੈ ਜੀ। ਕੁਝ ਫਿਰ ਆਪ ਦੇ ਨਾਲ ਤਿਆਰ ਹੋਣ ਲੱਗ ਗਏ। ਅੱਛਾ, ਉਹਦੀ ਸੀਮਨ ਵਰਤਦੇ ਰਹੇ ਚੰਗੇ ਤੋਂ ਚੰਗੇ? ਹਾਂ, ਸੀਮਨ ਚੰਗੇ ਵਰਤੇ ਗਏ, ਉਹ ਆਪ ਦੀਆਂ ਬੱਚੀਆਂ ਆ ਗਈਆਂ ਬਾਈ, ਉਹ ਤਿਆਰ ਹੋ ਗਈਆਂ, ਤੇ ਕੁਝ ਪਸ਼ੂ ਤਾਂ ਬਾਈ ਲੈਂਦੇ ਹੀ, ਮਤਲਬ 4 5 ਸਾਲ ਦਾ ਪਸ਼ੂ ਜਿਹੜਾ ਫਾਰਮ ਸਟੈਬਲਿਸ਼ ਕਰਨਾ ਆਪਾਂ 60 70 ਪਸ਼ੂ ਕਰਨੇ ਆ। ਠੀਕ ਹੈ। ਤਾਂ ਪਸ਼ੂ ਲੈਣੇ ਹੀ ਪੈਂਦੇ ਆ 3 4 ਸਾਲ ਤੱਕ। 3 4 ਸਾਲ ਪਹਿਲਾਂ ਖਰੀਦਣੇ ਪੈਂਦੇ ਆ, ਮਾਰਕੀਟ 'ਚ ਪਹਿਲਾਂ ਖਰੀਦਣੇ ਪੈਂਦੇ ਆ, ਤੇ ਬਾਕੀ ਫਿਰ ਨਾਲ ਤਿਆਰ ਹੋਣ ਲੱਗੇ। ਫਿਰ ਹੁਣ ਬਾਈ ਜੀ ਅਸੀਂ ਆਏ ਸਾਲ 8 10 ਮਤਲਬ 12 ਪਸ਼ੂ ਆਏ ਸਾਲ ਵੇਚਦੇ ਰਹੇ ਨੇ। ਮਤਲਬ ਜਿਵੇਂ ਪਸ਼ੂ ਕੀ ਸੇਲ ਕਰਦਾ ਮਹੀਨੇ ਵਿੱਚ, ਮਹੀਨੇ ਦੇ ਕੈਵਰੇ ਢਲ ਜਾਂਦੇ ਥੋੜੀ? ਹਾਂ ਬਾਈ ਜੀ, ਉਹ ਮਤਲਬ 10 12 ਪਸ਼ੂ ਸਾਲ 'ਚ ਵੇਚਦੇ ਆ ਅਸੀਂ। ਸਿਆਲ 'ਚ ਹੀ ਜ਼ਿਆਦਾ ਪਸ਼ੂ ਤਿਆਰ ਹੁੰਦੇ ਨੇ, ਕਿ ਸੂਆ ਸਿਆਲ 'ਚ ਹੀ ਪੈਂਦਾ ਨਾ। ਠੀਕ ਹੈ ਜੀ। ਤੇ ਵੈਸੇ ਗਰਮੀਆਂ 'ਚ ਟੋਕਣਾ ਕੱਢਣਾ ਗਾਵਾਂ ਵੀ 2 4 ਵੇਚ ਦਿੰਦੇ ਹੁੰਦੇ ਆ। ਠੀਕ ਹੈ। ਪਰ ਜ਼ਿਆਦਾਤਰ ਸੂਆ ਤਾਂ ਸਿਆਲ 'ਚ ਪੈਣ ਕਰਕੇ ਤਾਜ਼ੇ ਪਸ਼ੂ ਜ਼ਿਆਦਾ ਲੋਕ ਮੰਗ ਕਰਦੇ ਨੇ, ਤੇ ਤਾਜ਼ੇ ਪਸ਼ੂ ਸਿਆਲ 'ਚ ਹੀ ਵਿਕਦੇ ਨੇ। 2 4 ਮਹੀਨਿਆਂ 'ਚ ਮਤਲਬ 8 10 ਪਸ਼ੂ ਸੇਲ ਹੋ ਜਾਂਦੇ। ਸੇਲ ਹੋ ਜਾਂਦੇ ਹੈਗੇ। ਸਭ ਤੋਂ ਅੱਗੇ ਵੀਰ ਬੱਚਿਆਂ ਵੀ ਤਿਆਰ ਕਰਦੇ ਆ, ਤੁਹਾਨੂੰ ਬੱਚਿਆਂ ਵੀ ਦਿਖਾ ਦਿੰਦੇ ਹੈਗੇ, ਤੇ ਤੁਸੀਂ ਲਾਸਟ ਤੇ ਦੇਖ ਸਕਦੇ ਹੋ ਇਹ ਬੈਡ ਸੇਲ ਆ। ਇਹਨੂੰ ਖਰੀਦਣ ਲਈ ਤੁਸੀਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ। ਸੁਭਰਾ ਵੀਰ ਦੇ ਤੁਸੀਂ ਬੱਚਿਆਂ ਦੇਖ ਸਕਦੇ ਹੋ ਛੋਟੇ ਕਾਫ, ਇਹ ਜਿਹੜੇ ਤਿਆਰ ਹੋ ਕੇ ਅੱਗੇ ਫਾਰਮ ਦੇ ਵਿੱਚ ਦੁੱਧ ਦੀ ਪ੍ਰੋਡਕਸ਼ਨ ਵਧਾਉਂਦੇ ਹੈਗੇ, ਦੇਖ ਸਕਦੇ ਕਾਫ। ਤੇ ਵੀਰ ਕਿੰਨੀ ਕੇਜ ਦੇ ਕਾਫ ਆ ਜਿਹੜੇ ਆਪਾਂ ਦੇਖ ਰਹੇ ਹਾਂਗੇ? ਇਹ ਬਾਈ ਸਾਰੀਆਂ 3 ਮਹੀਨੇ ਤੋਂ ਛੋਟੀਆਂ ਬੱਚੀਆਂ ਨੇ ਦੁੱਧ ਪੀਂਦੀਆਂ ਨੇ। ਠੀਕ ਹੈ ਜੀ। ਹੁਣ ਮਤਲਬ ਦੁੱਧ ਵੀ ਦਿੰਦੇ ਇਹਨਾਂ ਨੂੰ? ਹਾਂਜੀ, ਜਿਹੜੀਆਂ 3 ਮਹੀਨੇ ਤੋਂ ਵੱਡੀਆਂ ਹੋ ਗਈਆਂ ਉਹ ਕੁਝ 8 10 ਬੱਚੀਆਂ ਫਾਰਮ ਦੇ ਵਿੱਚ ਲੈ ਗਏ ਸੀ। 3 ਮਹੀਨੇ ਤੋਂ ਵੱਡੀ ਹੋਈਆਂ ਜਦੋਂ ਫਾਰਮ 'ਚ ਲੈਣਾ, 3 ਮਹੀਨੇ ਤੱਕ ਅਸੀਂ ਘਰੇ ਰੱਖਦੇ ਹਾਂ। ਮਤਲਬ ਜੰਮਦੀ ਬੱਚੀ ਇੱਧਰ ਹੀ ਲੈ ਆਉਂਦੇ ਤੁਸੀਂ? ਹਾਂ, ਜੰਮਦੀ ਬੱਚੀ ਬਾਈ ਘਰੇ ਲਿਆਉਂਦੇ, ਇੱਥੇ ਫਿਰ ਦੁੱਧ ਪਿਆ ਕੇ 3 ਮਹੀਨੇ ਕਾਸਟਰਟਰ ਵਗੈਰਾ ਇੱਥੇ ਖਾਂਦੀਆਂ ਨੇ, ਉਹ 3 ਮਹੀਨੇ ਦੀ ਬੱਚੀ 1.5 ਕੁਇੰਟਲ ਵਜਨ ਕਰ ਜਾਂਦੀ ਹੈ। ਠੀਕ ਹੈ ਜੀ। ਫਿਰ ਅਸੀਂ ਡੇਅਰੀ ਫਾਰਮ ਦੇ ਵਿੱਚ ਸ਼ਿਫਟ ਕਰ ਲੈਂਦੇ, ਫਿਰ ਉਧਰ ਚਾਰ ਚੂਪ ਪਾਉਣਾ ਸ਼ੁਰੂ ਕਰ ਦਿੰਦੇ। ਸੁਭਰਾ ਕਾਫ ਆ ਵੀਰ ਦੇ, ਤੇ ਆਪਣਾ ਕਿੰਨਾ ਦੁੱਧ ਦਿੰਦੇ ਇੱਕ ਦਿੰਦਾ ਜੀ ਤੁਸੀਂ ਇਹਨਾਂ ਨੂੰ ਫਿਰ? ਇਹ ਬਾਈ ਜੀ ਸ਼ੁਰੂ ਤੋਂ ਜੰਮਣ ਤੋਂ ਲੈ ਕੇ ਮਤਲਬ 5 ਕਿਲੋ ਤੋਂ ਸ਼ੁਰੂ ਕਰ ਲੈਣੇ ਆ, ਪਹਿਲਾ ਹਫਤਾ 5 ਕਿਲੋ, ਫਿਰ 6 ਕਿਲੋ ਦੇਣ ਸ਼ੁਰੂ ਕਰ ਦਿੰਦੇ। ਮਤਲਬ 2.5 ਕਿਲੋ ਇੱਕ ਟਾਈਮ ਦੁੱਧ ਪਿਉਂਦੇ ਮਣ ਕੇ? ਮਤਲਬ ਪਹਿਲਾ ਹਫਤਾ 2.5 ਕਿਲੋ, ਉਦੋਂ ਬੱਚੀ ਛੋਟੀ ਹੁੰਦੀ ਹੈ, ਉਹਦਾ ਵਜਨ ਘੱਟ ਹੁੰਦਾ, ਉਦੋਂ ਇੰਨਾ ਕੀ ਪੀਂਦੀ ਹੈ। ਠੀਕ ਹੈ। ਉਦੋਂ 6 ਕਿਲੋ ਜਦੋਂ ਪੀਣ ਲੱਗ ਜਾਂਦੇ ਬੱਚੀ, ਫਿਰ 6 ਕਿਲੋ, 3 ਕਿਲੋ ਸਵੇਰੇ ਬਾਈ, 3 ਕਿਲੋ ਸ਼ਾਮ ਨੂੰ, ਤੇ ਨਾਲ ਖੁੱਲਾ ਕਾਫ ਸਟਾਰਟਰ ਬਾਈ 24 ਘੰਟਿਆਂ ਦੇ ਉਧਰ। ਸੁਭਰਾ ਕਾਫ ਸਟਾਰਟਰ ਵੀ ਦਾ ਪਾਇਆ ਹੋਇਆ ਇੱਥੇ? ਖੁੱਲਾ ਕਾਫ ਸਟਾਰਟਰ ਪਾਈ ਰੱਖਦੇ ਨਾਲ ਮਾੜੀ ਮਾੜੀ ਤੂੜੀ ਸਟਾਰਟ ਕਰ ਦਿੰਦੇ ਆ ਮਹੀਨੇ ਕੁ ਬਾਅਦ ਬਾਈ ਜੀ। ਠੀਕ ਹੈ। ਸੁੱਕੀ ਤੂੜੀ ਜਰ ਕਰਦੇ ਕੱਲੀ? ਹਾਂ, ਸੁੱਕੀ ਤੂੜੀ ਮਾੜੀ ਮੋਟੀ ਖਾ ਲੂੰਗੇ। ਸੁਭਰਾ ਤੂੜੀ ਤੇ ਪਾਣੀ ਵਗੈਰਾ ਛੱਡ ਕੇ ਇਹਦਾ ਵੀਰ ਕਾਫ ਤਿਆਰ ਕਰਦਾ ਹੈਗਾ, ਤੇ 3 ਮਹੀਨੇ ਤੇ ਜਿਹਨਾਂ ਦੀ ਘੱਟ ਆ ਗਿਆ ਦੇਖ ਸਕਦੇ, ਬੱਚੀਆਂ ਬਹੁਤ ਚੰਗੀਆਂ। ਤੇ ਕਿੰਨੇ ਕੁ ਰਿਕਾਰਡ ਵਾਲੇ ਦੇ ਬੱਚੇ ਵੀਰੇ ਜਿਹੜੇ ਹੈਗੇ ਹੈਗੇ? ਇਹ ਬਾਈ ਸਾਰਿਆਂ ਹੀ ਆਪਣੇ ਕੋਲੇ ਕੋਈ ਜਿਹੜੀ ਪਹਿਲਣ ਵੈਡ ਹੁੰਦੀ ਆ, ਉਹ ਤਾਂ ਭਲਾਂ ਦੀ 30 35 ਕਿਲੋ ਦੁੱਧ ਦੇਵੇ। ਠੀਕ ਹੈ। ਬਾਕੀ ਜਿਹੜੇ ਦੂਜੇ ਸੂਏ ਵੈੜਾ ਹੁੰਦੇ ਆ, ਉਹ ਸਾਰੀਆਂ 40 ਤੋਂ ਪਲੱਸ ਹੀ ਜਾਂਦੀਆਂ ਨੇ, 40 ਤੋਂ 45 ਕਿਲੋ ਦੂਜੇ ਸੂਏ ਤੇ ਵੈੜ ਦਿੰਦੀ ਹੁੰਦੀ ਆ। ਸੁਭਰ 40 ਤੋਂ 45 ਪਲੱਸ ਵਾਲੀਆਂ ਵੈੜਦੀਆਂ ਬੱਚੀਆਂ ਹੈਗੀਆਂ, ਦੇਖ ਸਕਦੇ ਹੋ ਕਾਫ ਬਹੁਤ ਚੰਗੇ ਆ। ਆਪਦੀ ਥਾਣਾ ਡਿਸਟ੍ਰਿਕਟ ਦੇਖ ਸਕਦੇ ਹੋ ਆਹ ਬੱਚੀ ਦਾ। ਇਹਦੀ ਆਪਾਂ ਆਹ ਬੱਚੀ ਵੀਰੇ ਦੇਖ ਰਹੇ ਅੰਦਰ ਚਲੀ ਗਈ, ਇਹਦੀ ਕਿੰਨੀ ਉਮਰ ਆ ਗਈ? ਇਹ ਬਾਈ ਲਗਭਗ 2.5 ਮਹੀਨਿਆਂ ਦੀ ਹੋ ਗਈ ਬੱਚੀ, ਦੁੱਧ ਦਾ ਲਗਭਗ ਹੁਣ ਬੰਦ ਕਰਨ ਦੇ ਨੇੜੇ ਆ ਗਿਆ, ਬੰਦ ਕਰ ਦੇਣਗੇ ਅਸੀਂ 15 ਦਿਨਾਂ ਤੱਕ ਇਹਨੂੰ, ਫਿਰ ਉੱਧਰ ਲੈ ਜਾਣੇ ਫਾਰਮ 'ਚ। ਸਿਰ 2.5 ਮਹੀਨਿਆਂ ਦੀ ਬੱਚੀ ਤੁਸੀਂ ਦੇਖ ਸਕਦੇ ਹੋ, ਤੇ ਕਿੰਨੀ ਕੇਜ ਦੀ ਬੱਚੀ ਤੁਹਾਡੇ ਕੋਲ ਗੱਭਣ ਹੋ ਜਾਂਦੀ ਹੈ ਵੀਰੇ? ਗੱਭਣ ਬਾਈ ਜੀ ਸਾਲ ਕ ਦੀ ਬੱਚੀ ਮਤਲਬ ਗੱਭਣ ਹੋ ਜਾਂਦੀ ਆ, ਵੈਸੇ ਤਾਂ 9 10 ਮਹੀਨਿਆਂ ਦੀ ਹੀਟ 'ਚ ਆਉਣੀ ਸ਼ੁਰੂ ਹੋ ਜਾਂਦੀ ਆ। 13 ਮਹੀਨੇ ਗੱਭਣ ਕਰਾ ਦਿੰਦੇ? ਹਾਂ, ਪਰ 12 13 ਮਹੀਨੇ ਦੀ, ਕਿਉਂ ਬਾਈ ਫਿਰ ਸਾਲ ਤੋਂ ਸਾਲ ਫਿਰ ਆਪਾਂ ਸਿਆਲ 'ਚ ਸੂਆ ਪਵਾਉਣਾ ਹੁੰਦਾ, ਤਾਂ ਉਹਦੇ ਸੂਏ ਦੇ ਹਿਸਾਬ ਨਾਲ ਮਤਲਬ ਸੂਆ ਆਪਣਾ ਸਿਆਲ 'ਚ ਪਏ, ਉਸ ਹਿਸਾਬ ਨਾਲ ਆਪਾਂ ਟੀਕਾ ਭਰਦੇ ਹਾਂ। ਠੀਕ ਹੈ ਜੀ। ਵੀ ਆਪਣਾ 9ਵੇਂ 10ਵੇਂ ਮਹੀਨੇ ਤੋਂ ਬਾਅਦ ਸੂਆ ਪਵੇ। ਸੁਭਰਾਜ ਵੀਰ ਜੀ, ਆਪਾਂ ਵੀਡੀਓ ਤੁਸੀਂ ਦੇਖ ਸਕਦੇ ਕਿੱਦਾਂ ਦੇ ਪਸ਼ੂ ਲੱਗੇ ਵੀਰ ਦੇ, ਲਾਈਕ ਕਮੈਂਟ ਸ਼ੇਅਰ ਵੀਡੀਓ ਜ਼ਰੂਰ ਕਰਿਓ, ਕਿਉਂਕਿ ਇੱਦਾਂ ਦੇ ਪਿੰਡਾਂ ਵਿੱਚ ਆਪਾਂ ਰੁਝਾਨ ਬਣਾਵਾਂਗੇ ਤਾਂ ਪਸ਼ੂਆਂ ਦਾ ਡੇਅਰੀ ਫਾਰਮ ਦਾ ਧੰਦਾ ਆਪਣਾ ਲਾਹੇਵੰਦ ਹੋਊਗਾ। ਸੋ ਅੱਜ ਦੀ ਵੀਡੀਓ ਵਿੱਚ ਇੱਕ ਨਾਗ ਵੀਰ ਕੋਲ ਫੋਰ ਸੇਲ ਸੀ ਫਿਲਹਾਲ, ਕੋਈ ਬੱਚੀ ਵਗੈਰਾ ਤਾਂ ਨਹੀਂ ਸੇਲ ਜੀ? ਨਹੀਂ, ਬੱਚੀਆਂ ਵੀਰ ਜੀ 7 ਬੱਚੀਆਂ ਤੱਕ ਹੀ ਵੇਚ ਚੁੱਕੇ ਆ। ਠੀਕ ਆ, ਹੁਣ ਇਹਨਾਂ ਵਿੱਚ ਕੋਈ ਸੇਲ ਨਹੀਂ? ਦੋਸਤ ਸੀਗਾ ਮੇਰਾ, ਹੁਣ ਕੱਲ ਹੀ ਬੱਚੀ ਲੈ ਗਿਆ, ਮੱਲੋ ਮੱਲੀ ਇੱਕ ਬੱਚੀ ਵੱਧ ਲੈ ਗਿਆ, ਉਹ ਇੱਕ ਬੱਚੀ ਸੇਲ ਕਰਨੀ ਸੀ, ਮੈਂ ਇੱਕ ਲੈ ਕੇ ਦਿੱਤੀ ਸੀ ਉਹਨੂੰ ਕਿਤੋਂ, ਇੱਕ ਮੇਰੇ ਕੋਲੋਂ ਵੱਧ ਲੈ ਗਿਆ, ਮੇਰੇ ਕੋਲ ਬੱਚੀਆਂ ਹੁਣ ਆਪਦੇ ਕੋਲ 2-3 ਘੱਟ ਨੇ। ਠੀਕ ਆ, ਫਿਲਹਾਲ ਕੱਲੀ ਬੈਡ ਸੇਲ ਆ? ਫਿਲਹਾਲ ਬਾਈ ਬੈਡ ਸੇਲ ਆ, ਮਤਲਬ ਗਾਂ ਤਾਂ ਕਦੀ ਦੇ ਸਕਦੇ ਆ ਆਪਾਂ ਹੋਰ, ਪਰ ਬੱਚੀਆਂ ਤਾਂ ਨਹੀਂ, ਬੱਚੀਆਂ ਘੱਟ ਨੇ ਸਾਡੇ ਕੋਲ। ਠੀਕ ਆ, ਗਾਂ ਮਾਰ ਲੱਗਾ ਚੱਲ ਕੋਈ 10-20 ਦਿਨ ਤੱਕ ਤੁਹਾਨੂੰ ਕਨੈਕਟ ਕਰੇਗਾ ਸੇਲ ਕਰ। ਹਾਂ, ਬੱਚੀ ਮਤਲਬ ਗਾਂ ਆਪਾਂ ਦੇ ਸਕਦੇ ਹਾਂ ਜੀ। ਸੋ ਵੀਰੋ, ਕਿਸੇ ਵੀ ਵੀਰ ਦੇ ਉਹ ਬੈਡ ਪਸੰਦ ਹੋਵੇ ਤਾਂ ਤੁਸੀਂ ਕੰਟੈਕਟ ਕਰਕੇ ਅੱਗੇ ਖਰੀਦ ਸਕਦੇ ਹੋ। ਸੋ ਬਣੇ ਰਹੋ ਆਪਣੇ YouTube ਚੈਨਲ ਢਿੱਲੋ ਡੇਅਰੀ ਫਾਰਮ ਬਰਨਾਲਾ ਦੇ ਨਾਲ। ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ ਦੇ ਨਾਲ।